लखीमपुर खीरी मामले के हर थान से प्रदर्शन किए जा रहे हैं। इसी तरह मोहाली के भी किसानों ने मुजाहरा किया और मुलजमान की गिरफ्तारी की मांग को लेकर सड़कों पर किसान बड़ी गिनती के उतरे, गिरफ्तारियों की लगातार मांग कर रहे हैं। कल लखीमपुर खीरी दे विच केंद्रीय गृह राजमंत्री अजय मिश्रा टेनी होरां दे बेटे की गड्डी है जिहड़ी उन्हें 8 किसान कुचल के मार दिते, कई जख्मी हुए है। इस नूं लैके किसानां दे विच भारी रोस है, भारी गुस्सा है। साडे नाल कई किसान आगू मौजूद ने, उन्हां दे नाल गलबात करांगे। बई जी, की घटना हुई है और की मंग है? देखो, मंग तो साडी यही है, पहला घटना नहीं कह सकते, सोची समझ साजिश है जी, क्योंकि ये जान बुझ के बीजेपी वाले ने मंत्री दे मुंडे ने ना गड्डी चढ़ाई है। हुण उत्थे धारा 144 लाती है, किसी नूं वड़न नहीं दिता जा रहा, किसी विरोधी आगू नूं भी नहीं जान दिता जा रहा। और पंजाब दे मुख सकत्तर नूं उत्तर प्रदेश दे सकत्तर ने चिट्ठी लिख के कहता कि पंजाब दे विच्चों कोई भी ना आवे उत्तर प्रदेश दे विच, पंजाब सरकार यकीनी बनावे। ਤਾਂ ਕਿ ਜਿਹੜੇ ਤੁਹਾਡੇ ਵੀ ਆਗੂ ਹੈ ਕਿ ਉਹ ਨਹੀਂ ਜਾਣਗੇ ਉੱਤਰ ਪ੍ਰਦੇਸ਼? ਨਹੀਂ ਨਹੀਂ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਾ ਰਹੇ ਨੇ, ਕੁਛ ਆਗੂ ਪਹੁੰਚ ਚੁੱਕੇ ਨੇ, ਰਾਤ ਚਰੂਨੀ ਸਾਹਿਬ ਪਹੁੰਚ ਚੁੱਕੇ ਨੇ, ਟਕੈ ਸਾਹਿਬ ਤਾਂ ਮੌਜੂਦਾ ਨੇ ਉੱਥੇ ਤੇ ਪਹੁੰਚ ਗਏ ਨੇ। ਤੇ ਸੰਯੁਕਤ ਮੋਰਚੇ ਵੱਲੋਂ ਰਾਤ ਮੀਟਿੰਗ ਸੀਗੀ, ਉਹਨਾਂ ਡਿਊਟੀ ਲਾਈ ਹੈ ਜਿਹੜੇ ਜੇ ਆਗੂਆਂ ਦੇ ਉਹ ਜਾ ਰਹੇ ਨੇ ਉੱਥੇ। ਇਹ ਸਰਕਾਰ ਦਾ ਰੋਕਣ ਦਾ ਮਸਲਾ ਹੀ 144 ਲਾ ਕੇ, ਕਿ ਸਰਕਾਰ ਡਰੀ ਹੋਈ ਹੈ ਕਿਤੇ ਨਾ ਕਿਤੇ ਵੀ ਜਿਹੜੀ ਅਸੀਂ ਸਾਜ਼ਿਸ਼ ਤਹਿਤ ਇਹ ਕੰਮ ਕੀਤਾ ਹੈ, ਕਿਸਾਨਾਂ ਦਾ ਕਤਲ ਕੀਤਾ ਹੈ, ਵੀ ਇਹਦੇ ਖਿਲਾਫ਼ ਉਹ ਡਰੀ ਪਈ ਹੈ। ਹੁਣ ਉਹਨੂੰ ਡਰ ਤਾਂ ਉਹਨਾਂ ਦਾ ਸੱਚਾ ਹੀ ਹੈ, ਕਿਉਂਕਿ ਉਹਨੇ ਦੋਸ਼ੀ ਨੇ ਉਹ, ਤਾਂ ਡਰ ਰਹੇ ਨੇ। ਜੇ ਆਪਾਂ ਹੁਣ ਅਜੇ ਮਿਸ਼ਰਾ, ਆਸ਼ੀਸ਼ ਮਿਸ਼ਰਾ ਦੀ ਗੱਲ ਕਰ ਲਈਏ, ਤੁਹਾਨੂੰ ਕੀ ਲੱਗਦਾ ਇਹ ਜਾਣ ਬੁੱਝ ਕੇ ਹੋਇਆ ਜਾਂ ਹਾਦਸਾ ਸੀ? ਜਾਣ ਬੁੱਝ ਕੇ ਹੋਏ। ਦੇਖੋ, ਪਹਿਲਾਂ ਉਹਨੇ ਵਾਰਨਿੰਗ ਨਹੀਂ ਦਿੱਤੀ। ਅੱਛਾ, ਉਹਨਾਂ ਦੇ ਅਜੇ ਮਿਸ਼ਰਾ ਤੇ ਉਹਦੇ ਬੇਟੇ ਨੇ ਕਿਹਾ ਤੁਸੀਂ ਅੱਜ ਰੋਕ ਕੇ ਦਿਖਾਓ ਸਾਨੂੰ, ਅਸੀਂ ਜੇ ਪ੍ਰੋਗਰਾਮ ਕੈਂਸਲ ਕਰਿਆ ਫਿਰ ਦੇਖਿਓ ਕੀ ਹੋਊਗਾ। ਉਹੀ ਉਹਨਾਂ ਨੇ ਕਰਤਾ, ਚੈਲੰਜ ਕਰਿਆ ਸੀ ਸਾਨੂੰ ਕਿਸਾਨਾਂ ਨੂੰ, ਉਹ ਸਿਰਫ ਸਾਡੇ ਕਿਸਾਨ ਭਰਾ ਉੱਥੇ ਖੜ ਕੇ ਸ਼ਾਂਤਮਈ ਤਰੀਕੇ ਨਾਲ ਝੰਡੇ ਦਿਖਾਉਣੇ ਸੀ, ਉਹਨੂੰ ਰੋਸ ਜ਼ਾਹਿਰ ਕਰਨਾ ਸੀ, ਅਸੀਂ ਕਿਹੜਾ ਲੜਨ ਜਾ ਰਹੇ ਸੀ? ਫਿਰ ਉਹ ਕਹਿੰਦੇ, ਹੁਣ ਕਹਿੰਦੇ ਉਹਨਾਂ ਅਜੇ ਮਿਸ਼ਰਾ ਦਾ ਬਿਆਨ ਆਇਆ, ਕਹਿੰਦਾ ਇਹਦੀ ਜਾਂਚ ਹੋਣੀ ਚਾਹੀਦੀ। ਜਾਂਚ ਕਿਵੇਂ ਹੋਊਗੀ? ਕਹਿੰਦਾ ਮੇਰਾ ਬੇਟਾ ਨਹੀਂ ਸੀ, ਤੁਹਾਡਾ ਬੇਟਾ ਮੌਜੂਦ ਸੀ, ਪਿਸਤੌਲ ਲਹਿਰਾ ਰਿਹਾ, ਤੁਹਾਡਾ ਬੇਟਾ ਇੱਕ ਗੋਲੀ ਮਾਰੀ ਹੈ ਤੁਹਾਡੇ ਬੇਟੇ ਨੇ, ਇੱਕ ਕਿਸਾਨ ਦੇ, ਜਿਹੜੇ ਉੱਥੇ ਭਰਾ ਜਿਹੜੇ ਮੌਜੂਦਾ ਸੀ ਉਹ ਦੱਸ ਰਹੇ ਨੇ, ਉਹ ਝੂਠੇ ਥੋੜ੍ਹੀ ਹੈ। 302 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਬੇਟੇ ਦੇ, ਨਾਲ ਇਹ ਗ੍ਰਹਿ ਰਾਜ ਮੰਤਰੀ ਦੇ ਵੀ ਹੋਣਾ ਚਾਹੀਦਾ, ਜਿਹੜਾ ਉੱਥੇ ਦਾ ਲਾਅ ਐਂਡ ਆਰਡਰ ਦਾ ਮਨਿਸਟਰ ਯੋਗੀ ਹੈ, ਉਹਦੇ ਵੀ ਹੋਣਾ ਚਾਹੀਦਾ, ਉਪ ਮੁੱਖ ਮੰਤਰੀ ਦੇ ਵੀ। ਕੈਮਰਾਮੈਨ ਪਰ ਇਹਦੇ ਨਾਲ ਗੁਰਪ੍ਰੀਤ ਸਿੰਘ, ਜ਼ੀ ਮੀਡੀਆ, ਚੰਡੀਗੜ੍ਹ।